ਅਜਿਹਾ ਕਬਰਿਸਤਾਨ ਜਿੱਥੇ ਜਾਣ ਦਾ ਨਹੀਂ ਹੈ ਰਾਹ। ਮ੍ਰਿਤਕ ਦੇਹਾਂ ਸਣੇ ਡਿੱਗ ਜਾਂਦੇ ਨੇ ਲੋਕ, ਅੰਤਿਮ ਰਸਮਾਂ ਵੀ ਨਹੀਂ ਹੁੰਦੀਆਂ ਪੂਰੀਆਂ। ਮੋਢਿਆਂ ਤੇ ਤਾਬੂਤ ਚੁੱਕ ਕੇ ਈਸਾਈ ਭਾਈਚਾਰੇ ਦੇ ਲੋਕ ਇੱਕ ਅਜਿਹੇ ਕਬਰਿਸਤਾਨ ਦੇ ਵੱਲ ਜਾ ਰਹੇ ਨੇ ਜਿੱਥੇ ਜਾਣ ਦਾ ਕੋਈ ਰਾਹ ਨਹੀਂ ਹੈ। ਝਾੜੀਆਂ ਅਤੇ ਖੇਤਾਂ ਨੂੰ ਪਾਰ ਕਰਕੇ ਫਿਰ ਕਬਰਿਸਤਾਨ ਆਉਂਦਾ ਹੈ। ਇਸ ਕਬਰਿਸਤਾਨ ਨੂੰ ਜਾਣ ਵਾਲੀ ਕੋਈ ਵੀ ਸੜਕ ਨਹੀਂ ਹੈ। ਲੋਕਾਂ ਨੂੰ ਇਸ ਕਦਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਉਹ ਮ੍ਰਿਤਕ ਦੇਹਾਂ ਲੈ ਜਾਂਦੇ ਹੋਏ ਰਾਹ ਦੇ ਵਿੱਚ ਡਿੱਗ ਜਾਂਦੇ ਨੇ। ਕਈ ਵਾਰ ਹਾਦਸੇ ਵਾਪਰ ਜਾਂਦੇ ਨੇ। ਜ਼ਹਿਰੀਲੇ ਕੀੜੇ ਮਕੌੜੇ ਲੜਨ ਦਾ ਡਰ ਵੀ ਰਹਿੰਦਾ ਹੈ, ਪਰ ਫਿਰ ਵੀ ਈਸਾਈ ਭਾਈਚਾਰੇ ਦੇ ਲੋਕ ਔਕੜਾਂ ਪਾਰ ਕਰਦੇ ਹੋਏ ਇਸ ਕਬਰਿਸਤਾਨ 'ਚ ਜਾਂਦੇ ਨੇ ਤਾਂ ਉਦੋਂ ਤੱਕ ਅੰਤਿਮ ਰਸਮਾਂ ਵੀ ਰਹਿ ਜਾਂਦੀਆਂ ਨੇ। ਇਹ ਤਸਵੀਰਾਂ ਜੰਡਿਆਲਾ ਗੁਰੂ ਦੇ ਕਬਰਿਸਤਾਨ ਦੀਆਂ ਨੇ, ਜਿੱਥੇ ਤਾਬੂਤ ਲੈ ਕੇ ਮ੍ਰਿਤਕ ਦੇਹ ਨੂੰ ਲਿਜਾਣ ਦੀ ਕੋਸ਼ਿਸ਼ ਤਾਂ ਕਰਦੇ ਨੇ, ਪਰ ਤੁਸੀਂ ਤਸਵੀਰਾਂ 'ਚ ਦੇਖੋ ਕਿ ਇਹਨਾਂ ਨੂੰ ਕਿੰਨੀਆਂ ਔਕੜਾਂ ਪਾਰ ਕਰਨੀਆਂ ਪੈਂਦੀਆਂ ਨੇ। ਮੋਢਿਆਂ ਤੇ ਚੁੱਕਿਆ ਹੋਇਆ ਤਾਬੂਤ ਅਤੇ ਫਿਰ ਔਖੇ ਔਖੇ ਰਾਹ, ਜਿੱਥੇ ਝਾੜੀਆਂ ਤੋਂ ਲੈ ਕੇ ਖੇਤ, ਚਿੱਕੜ ਅਤੇ ਬੜਾ ਕੁਛ ਹੀ ਸਾਹਮਣੇ ਆ ਜਾਂਦਾ ਹੈ, ਜਿਨ੍ਹਾਂ ਨੂੰ ਪਾਰ ਕਰਨਾ ਔਖਾ ਹੋ ਜਾਂਦਾ ਹੈ। ਈਸਾਈ ਭਾਈਚਾਰੇ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਕਈ ਵਾਰ ਗੁਹਾਰ ਲਗਾਈ ਗਈ ਹੈ, ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਹ ਚਾਹੁੰਦੇ ਨੇ ਕਿ ਇਸ ਕਬਰਿਸਤਾਨ ਦੇ ਲਈ ਕੋਈ ਸਿੱਧਾ ਸਿੱਧਾ ਰਾਹ ਬਣਾਇਆ ਜਾਏ, ਜਿਸ ਕਰਕੇ ਉਹਨਾਂ ਦਾ ਸਮਾਂ ਵੀ ਬਚੇ ਅਤੇ ਉਹ ਅੰਤਿਮ ਰਸਮਾਂ ਵੀ ਪੂਰੀਆਂ ਕਰ ਸਕਣ, ਅੰਤਿਮ ਯਾਤਰਾ ਕੱਢਣ ਲੱਗਿਆਂ ਕੋਈ ਮੁਸ਼ਕਿਲ ਨਾ ਆਵੇ। ਪਰ ਪ੍ਰਸ਼ਾਸਨ ਦੇ ਵੱਲੋਂ ਅਜੇ ਤੱਕ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਗਈ ਹੈ। ਕਾਫੀ ਚਿਰ ਤੋਂ ਜੀ ਇੱਥੇ ਮਤਲਬ ਜਿਹੜਾ ਕਬਰਸਤਾਨ ਹੈ ਸਾਡਾ, ਅਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ, ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਅਸੀਂ ਨਹੀਂ ਗਏ, ਕੋਈ ਸਾਡੀ ਸੁਣਵਾਈ ਨਹੀਂ ਹੁੰਦੀ। ਜਦੋਂ ਇੱਥੇ ਕਦੇ ਆ ਕੇ ਵੇਖੋ, ਜਦੋਂ ਕਦੇ ਝੋਨੇ ਝੁੰਨੇ ਹੁੰਦੇ ਆ, ਡਿੱਗਦੇ ਢਿੱਗਦੇ ਆਉਂਦੇ ਆ, ਕਈ ਡਿੱਗ ਵੀ ਪੈਂਦੇ ਆ, ਬੁਰਾ ਹਾਲ ਨਾਲ ਜਦੋਂ ਡੈੱਡ ਬਾਡੀ ਲੈ ਕੇ ਆਉਂਦਾ, ਸਾਡੇ ਕੋਲ ਲੰਘਿਆ ਨਹੀਂ ਜਾਂਦਾ। ਸਾਡੀ ਕਿਤੇ ਵੀ ਨਹੀਂ ਸੁਣਵਾਈ ਹੋਈ, ਬੜੀ ਜਗ੍ਹਾ 'ਤੇ ਗਏ ਹਾਂ, ਜਿੱਥੇ ਵੀ ਜਾਂਦੇ ਕੋਈ ਨਹੀਂ ਸੁਣਦਾ, ਬਸ ਸੁਣ ਕੇ ਤਾਂ ਚੁੱਪ ਕਰ ਰਹਿੰਦਾ। ਔਰ ਮਿਹਰਬਾਨੀ ਕਰਕੇ ਸਾਡੀ ਇਹ ਜਿਹੜਾ ਕਬਰਸਤਾਨ ਹੈ, ਇਹਨੂੰ ਵੇਖ ਕੇ ਇਹਦਾ ਕੋਈ ਨਾ ਕੋਈ ਮਸਲਾ ਗੌਰਮੈਂਟ ਦੇ ਅੱਗੇ ਸਾਡੀ ਬੇਨਤੀ ਆ ਕਿ ਹੱਲ ਕਰੇ, ਤਾਂ ਕਿ ਅਸੀਂ ਜਦੋਂ ਡੈੱਡ ਬਾਡੀ ਲੈ ਕੇ ਆਉਂਦੇ ਹਾਂ, ਉਹਨੂੰ ਅਸੀਂ ਬੜੇ ਆਸਾਨੀ ਦੇ ਨਾਲ ਲਿਆ ਸਕੇ, ਕਿਉਂ ਇਹਨੂੰ ਕੋਈ ਰਸਤਾ ਨਹੀਂ ਹੈਗਾ, ਕਿਸੇ ਬੰਨੇ ਰਸਤਾ ਨਹੀਂ ਹੈਗਾ, ਸਾਨੂੰ ਰਸਤਾ ਦਿੱਤਾ ਜਾਵੇ, ਕਿਸੇ ਨਾ ਕਿਸੇ ਬੰਨੇ ਰਸਤਾ ਦਿੱਤਾ ਜਾਵੇ। ਸੋ ਸੁਖਾ ਮਸੀਹਾ, ਇਸ ਜਨਾਜੇ ਦੀ ਰਸਮ ਜਿਹੜੀ ਅੱਜ ਮੇਰੇ ਦੁਆਰਾ ਹੋਣੀ ਆ, ਅੱਜ ਮੈਂ ਇਸ ਜਗ੍ਹਾ 'ਤੇ ਆਣ ਕੇ ਬੜਾ ਹੈਰਾਨ ਪਰੇਸ਼ਾਨ ਹੋਇਆ ਵਾਂ ਕਿ ਕਬਰਸਤਾਨ ਤਾਂ ਹੈ, ਜਗ੍ਹਾ ਵੀ ਬੜੀ ਸੀ, ਲੇਕਿਨ ਸਾਰੀ ਜਗ੍ਹਾ ਮੰਡੀ ਗਈ ਆ, ਕੋਈ ਰਾਹ ਨਹੀਂ ਹੈਗਾ, ਔਰ ਜਿੰਨੇ ਵੀ ਲੋਕ ਆਏ ਆ ਬੜੀ ਮੁਸ਼ਕਿਲ ਦੇ ਨਾਲ ਇੱਥੇ ਪਹੁੰਚੇ ਆ, ਔਰ ਕੁਝ ਭੈਣਾਂ ਡਿੱਗੀਆਂ ਵੀ ਆ, ਕੁਝ ਭਾਈ ਵੀ ਡਿੱਗਦੇ ਢਿੱਗਦੇ ਇੱਥੇ ਆਏ ਆ, ਔਰ ਸਾਡੀ ਸਰਕਾਰ ਗਾੜੀ, ਪ੍ਰਸ਼ਾਸਨ ਦੀ ਗਾੜੀ ਇਹ ਮੰਗ ਹੈਗੀ ਆ ਕਿ ਕਬਰਸਤਾਨ ਨੂੰ ਜਗ੍ਹਾ ਦਿੱਤੀ ਜਾਏ, ਔਰ ਇਹਦੀ ਸਾਫ਼ ਸਫਾਈ ਵਾਸਤੇ ਕੋਈ ਨਾ ਕੋਈ ਗ੍ਰਾਂਟ ਇਸ਼ੂ ਕੀਤੀ ਜਾਵੇ, ਤਾਂ ਜੋ ਅਸੀਂ ਇਸ ਦੇ ਉੱਤੇ ਕੋਈ ਗ੍ਰਾਂਟ ਲਾ ਕੇ, ਔਰ ਨਾ ਖਲੋਣ ਨੂੰ ਜਗ੍ਹਾ ਆ, ਨਾ ਇੱਥੇ ਕਿਸੇ ਦੇ ਬਹਿਣ ਨੂੰ ਜਗ੍ਹਾ ਹੈਗੀ ਆ, ਔਰ ਸਾਨੂੰ ਬਹੁਤ ਜ਼ਿਆਦਾ ਇਹ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਆ। ਸਾਡੀ ਪ੍ਰਸ਼ਾਸਨ ਦੀ ਗਾੜੀ ਇਹ ਮੰਗ ਹੈਗੀ ਆ, ਇਹਨੂੰ ਰਸਤਾ ਦਿੱਤਾ ਜਾਏ, ਰਸਤਾ ਦਿੱਤਾ ਜਾਏ, ਇਹਦੀ ਚਾਰਦੀਵਾਰੀ ਕਰਾਈ ਜਾਏ, ਔਰ ਇੱਥੇ ਕੋਈ ਨਾ ਕੋਈ ਸ਼ੈੱਡ ਪਾ ਕੇ ਦਿੱਤਾ ਜਾਵੇ। ਇਹ ਸਾਡੇ ਬ੍ਰਦਰ ਦੀ ਡੈੱਥ ਹੋ ਗਈ ਆ, ਅਤੇ ਅਸੀਂ ਬਹੁਤ ਪਰੇਸ਼ਾਨੀਆਂ ਨਾਲ ਇੱਥੇ ਪਹੁੰਚ ਗਏ ਹਾਂ। ਇੱਥੇ ਨਾ ਕੋਈ ਰਸਤਾ ਵਾ, ਅਤੇ ਨਾ ਹੀ ਹਰ ਵਾਰੀ ਸਮੇਂ ਦੀਆਂ ਸਰਕਾਰਾਂ ਨੂੰ ਬੇਨਤੀ ਕੀਤੀ ਆ, ਅਤੇ ਸਾਡੀ ਕਦੀ ਕਿਸੇ ਨੇ ਸੁਣੀ ਨਹੀਂ ਆ। ਸਾਡੀ ਮੌਜੂਦਾ ਸਰਕਾਰ ਅੱਗੇ ਹੁਣ ਵੀ ਬੇਨਤੀ ਇਹੋ ਹੀ ਆ ਕਿ ਸਾਨੂੰ ਜਾਂ ਤਾਂ ਇਸ ਕਬਰਸਤਾਨ ਬਾਰੇ ਕੋਈ ਵੱਖਰੀ ਜਗ੍ਹਾ ਦੇ ਦਿੱਤੀ ਜਾਵੇ, ਅਤੇ ਜਾਂ ਸਾਨੂੰ ਇੱਥੋਂ ਰਸਤਾ ਦਿੱਤਾ ਜਾਵੇ। ਕੀ ਇਹ ਕਬਰਸਤਾਨ ਨੂੰ ਪਹਿਲਾਂ ਸ਼ੁਰੂ ਤੋਂ ਰਸਤਾ ਨਹੀਂ ਹੈਗਾ?
ਪਹਿਲਾਂ ਹੈਗਾ ਸੀ ਰਸਤਾ, ਉਹ ਮਤਲਬ ਕਿ ਆਰਮੀ ਨੇ ਸਾਂਭ ਲਿਆ, ਆਰਮੀ ਦੇ ਵਿੱਚੋਂ ਦੀ ਆਉਂਦਾ ਸੀ ਇਹ, ਆਰਮੀ ਦੀ ਜਿੱਥੇ ਆ ਬਣੀ ਆ ਨਾ ਹੁਣ, ਵਿੱਚੋਂ ਦੀ ਆਉਂਦਾ ਸੀ ਰਸਤਾ, ਤੇ ਹੁਣ ਉਹ ਆਰਮੀ ਨੇ ਆਪਣਾ ਕਰ ਲਿਆ ਕਬਜ਼ਾ, ਤੇ ਸਾਨੂੰ ਰਸਤਾ ਕੋਈ ਨੀ ਰਿਹਾ। ਕਿੰਨੇ ਚਿਰ ਤੋਂ ਕਬਜ਼ਾ ਆਰਮੀ ਇਹ ਰਸਤਾ ਜਿਹੜਾ ਸੀ ਆਰਮੀ ਦੇ ਵਿੱਚੋਂ ਦੀ ਪ੍ਰਾਥਣੀ ਆਉਂਦਾ ਹੁੰਦਾ ਸੀ, ਇਹ ਅੱਜ ਦਾ ਨਹੀਂ ਪਹਿਲਾਂ ਚਾਰ ਦੁਆਰੀ ਵੀ ਸੀ ਇਹਨੂੰ, ਇਹ ਬਸ ਕਿਸਾਨਾਂ ਰਾਹੀਂ ਜਾਂ ਇਹ ਢਾਈ ਗਈ, ਇਹ ਆਰਮੀ ਨੇ ਵੀ ਢਾਹਤੀ ਸਾਰੀ, ਇਹਦੇ ਚਾਰ ਦੁਆਰੀ ਲਾ ਕੇ ਫਿਰ ਉਹਨਾਂ ਕੋਲ ਕਬਜ਼ਾ ਛਡਾਇਆ ਗਿਆ, ਫਿਰ ਉਹਦੇ 'ਤੇ ਰਸਤਾ ਇਹਦਾ ਜਿਹੜਾ ਸੀ ਅੱਗੇ ਇਹਦੇ ਆਰਮੀ ਦੇ ਅੰਦਰੋਂ ਤਣੀ ਆਇਆ ਜਾਂਦਾ, ਉਦੋਂ ਐਪਲੀਕੇਸ਼ਨ ਦਿੱਤੀ ਹੋਈ ਸੀ ਨਾ ਸੈਂਟਰ ਦੇ ਉੱਪਰ ਹੀ ਹੈਡ। ਤੇ ਇਸ ਜਗ੍ਹਾ ਤੇ ਅਸੀਂ ਆਏ ਦੇਖੋ ਕਿੰਨੇ ਇਕੱਠੇ ਹੋਏ ਹੋਏ ਆ, ਕਿੰਨੀ ਮੁਸ਼ਕਿਲ ਦੇ ਨਾਲ ਅਸੀਂ ਆਏ ਆ, ਵੱਟਾਂ ਤੋਂ ਦੀ ਡਿੱਗਦੇ ਢਹਿੰਦੇ ਕਿਸ ਤਰ੍ਹਾਂ ਅਸੀਂ ਡੈਡ ਬੋਡੀ ਲੈ ਕੇ ਆਏ ਆ, ਤੁਸੀਂ ਆਪ ਹੀ ਦੇਖੋਗੇ। ਪਰ ਇਹ ਹੈ ਕਿ ਅਸੀਂ ਪ੍ਰਸ਼ਾਸਨ ਨੂੰ ਇਹ ਕਰਦੇ ਆ ਅਪੀਲ ਕਿ ਸਾਨੂੰ ਇੱਕ ਰਸਤਾ ਦਿੱਤਾ ਜਾਵੇ, ਇੱਥੇ ਸਾਨੂੰ ਇੰਨੀ ਮੁਸ਼ਕਿਲ ਹੁੰਦੀ ਆ, ਬਾਰਿਸ਼ ਆ ਜਾਵੇ ਮੀਂਹ ਕਣੀ ਆ ਜਾਵੇ ਤਾਂ ਅਸੀਂ ਕਿਸ ਤਰ੍ਹਾਂ ਇੱਥੋਂ ਡੈਡ ਬੋਡੀ ਲੈ ਕੇ ਆਵਾਂਗੇ, ਅਤੇ ਸਾਨੂੰ ਜਗ੍ਹਾ ਘੱਟੋ ਘੱਟ ਸਾਨੂੰ ਜਗ੍ਹਾ ਦਿੱਤੀ ਜਾਵੇ, ਰਸਤਾ ਦਿੱਤਾ ਜਾਵੇ ਤਾਂ ਕਿ ਆਸਾਨੀ ਦੇ ਨਾਲ ਅਸੀਂ ਆਪਣੀ ਡੈਡ ਬੋਡੀ ਜਿਹੜੀ ਆ ਇੱਥੇ ਲੈ ਕੇ ਆਈਏ। ਕੁਛ ਦਿਨ ਪਹਿਲਾਂ ਵੀ ਅਸੀਂ ਇੱਥੇ ਡੈਡ ਬੋਡੀ ਲੈ ਕੇ ਆਈ, ਉਦੋਂ ਬਹੁਤ ਮੰਦਾ ਹਾਲ ਸੀ, ਹੁਣ ਵੀ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਅਸੀਂ ਇੱਥੇ ਮੁਸ਼ਕਿਲ ਦੇ ਨਾਲ ਪਹੁੰਚੇ ਆ, ਕਿੰਨੇ ਪਰੇਸ਼ਾਨ ਹੁੰਦੇ, ਧੁੱਪ ਗਰਮੀ ਸਰਦੀ ਹੋਵੇ ਤਾਂ ਸਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਆ। ਅਤੇ ਬਸ ਤੁਸੀਂ ਇੱਥੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਆ, ਇੱਥੇ ਬੈਠਣ ਉੱਠਣ ਵਾਸਤੇ ਵੀ ਜਗ੍ਹਾ ਬਣੀ ਜਾਵੇ ਔਰ ਸਾਨੂੰ ਰਸਤਾ ਦਿੱਤਾ ਜਾਵੇ, ਸਾਡੀ ਇਹੀ ਪ੍ਰਸ਼ਾਸਨ ਨੂੰ ਬੇਨਤੀ ਆ, ਬਸ ਸਾਡੀ ਅਪੀਲ ਸੁਣੋ। ਛਾਉਣੀ ਨੇ ਘੇਰਿਆ ਹੋਇਆ ਏ, ਹਾਂ ਇਹਨਾਂ ਨੇ ਘੇਰਿਆ ਹੋਇਆ ਰਸਤਾ, ਸਾਡਾ ਹੈਗਾ ਹੀ ਪਹਿਲੋਂ ਹੈਗਾ ਸੀ ਰਸਤਾ, ਇਹਦੇ ਵਿੱਚੋਂ ਦੀ ਲੈ ਕੇ ਆਉਂਦੇ ਹੁੰਦੇ ਸੀ, ਅਤੇ ਹੁਣ ਪਰ ਹਾਂ ਸਾਡੀ ਜਗ੍ਹਾ ਵੀ ਕਿੰਨੀ ਘਟੀ ਹੋਈ ਆ ਜਗ੍ਹਾ, ਅਤੇ ਕਿੰਨੀ ਇਹਨਾਂ ਨੇ ਆਪਣੇ ਵੱਲ ਲੈ ਲਈ ਆ, ਖਿੱਚ ਲਈ ਆ, ਕਿਸਾਨ ਵੀ ਲੈ ਗਏ ਆ ਅਤੇ ਔਰ ਇਹਨਾਂ ਨੇ ਵੀ ਵਲੀ ਹੋਈ ਆ।